ਜਾਣ ਅਸੀਂ ਇਹਨਾਂ ਕੰਢੀ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜਿਹਦੇ ਵਿੱਚ ਮੈਂ ਬਤੌਰ ਵਾਈਸ ਚੇਅਰਮੈਨ ਸੇਵਾ ਨਿਭਾ ਰਹੇ ਹਾਂ ਅਸੀਂ ਉਹਦੇ ਵੱਲੋਂ ਅਸੀਂ ਸਾਡੇ ਜਥੇਬੰਦੀ ਨੇ ਲਿਖਿਆ ਹੇਮਾ ਮਾਲਿਨੀ ਜੀ ਨੂੰ ਜਿਹੜੇ ਕਿ ਬੀਜੇਪੀ ਦੇ MP ਨੇ ਉਹਨਾਂ ਨੂੰ ਅਸੀਂ ਪੱਤਰ ਲਿਖਿਆ ਹੈ। ਅਤੇ ਕਿਉਂਕਿ ਲਿਖਿਆ ਕਿਉਂ ਅਸੀਂ, ਕਿਉਂਕਿ ਉਹਨਾਂ ਦਾ ਇੱਕ ਸਾਡੇ ਜਿਹੜਾ ਦਿੱਲੀ 'ਚ ਸੰਘਰਸ਼ ਚੱਲ ਰਿਹਾ ਕਿਸਾਨੀ ਦਾ, ਉਹਦੇ ਵਿੱਚ ਤਕਰੀਬਨ 130 ਤੋਂ ਵੱਧ ਮੌਤਾਂ ਹੋ ਚੁੱਕੀਆਂ ਜੀ, ਸਾਡੇ ਕਿਸਾਨ ਸ਼ਹੀਦ ਹੋ ਗਏ ਨੇ। ਉਹਨਾਂ ਨੇ ਇਹ ਗੱਲ ਲਿਖੀ ਹੈ ਵੀ ਕਿਸਾਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਉਹਨਾਂ ਨੂੰ ਮੰਗਣਾ ਕੀ ਜੀ ਅਤੇ ਮੰਗਾਂ ਕੀ ਆ, ਉਸ ਸੰਬੰਧ ਵਿੱਚ ਅਸੀਂ ਲਿਖਿਆ ਜੀ। ਕੀ ਲਿਖਿਆ ਤੁਸੀਂ? ਅਸੀਂ ਇਹਦੇ ਵਿੱਚ ਉਹਨਾਂ ਨੂੰ ਇਹ ਲਿਖਿਆ ਵੀ ਤੁਸੀਂ ਪੰਜਾਬ ਆਓ, ਸਾਨੂੰ ਆ ਕੇ ਸਮਝਾਓ ਵੀ ਅਸੀਂ ਕਿਹੜੀ ਚੀਜ਼ ਮੰਗਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਤਾਂ ਬੱਚੇ ਨੂੰ ਪਤਾ ਲੱਗ ਗਿਆ, ਹੁਣ ਪੂਰੇ ਦੇਸ਼ 'ਚ ਪਤਾ ਲੱਗ ਗਿਆ, ਹੁਣ ਪੰਜਾਬ ਦੀ ਗੱਲ ਤਾਂ ਛੱਡੀਏ ਜੀ, ਜਾਗਰੂਕਤਾ ਇੰਨੀ ਹੋ ਗਈ ਹੈ, ਜਿੰਨਾ ਲੰਬਾ ਸੰਘਰਸ਼ ਚੱਲਿਆ ਇਹ ਉਸ ਪਰਮਾਤਮਾ ਦੀ ਕਿਰਪਾ ਨਾਲ ਚੱਲ ਰਿਹਾ ਜੀ, ਉਹਨੇ ਚਲਾਇਆ, ਲੋਕਾਂ 'ਚ ਜਾਗਰੂਕਤਾ ਆ ਗਈ, ਲੋਕਾਂ ਬੱਚਿਆਂ ਨੂੰ ਪਤਾ ਲੱਗ ਗਿਆ, ਇਹਨਾਂ ਦਾ ਕੋਈ ਦ੍ਰਿਸ਼ਟੀਕੋਣ ਵੱਖਰਾ ਹੈਗਾ ਹੈ, ਇਹ ਕਹਿੰਦੇ ਤੁਹਾਨੂੰ ਪਤਾ ਨਹੀਂ ਹੈਗਾ ਨਾ, ਤਾਂ ਕਰਕੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਓ ਪੰਜਾਬ ਅਤੇ ਆ ਕੇ ਸਾਨੂੰ ਸਮਝਾ ਦਿਓ ਵੀ ਸਾਡੇ ਉੱਥੇ ਬੰਦੇ ਜਿਹੜੇ ਬੈਠੇ ਆ ਅਜਾਈ ਜਾਨਾਂ ਨਾਲ ਗੁਆਈਆਂ, ਜਿਹੜਾ ਨੁਕਸਾਨ ਹੋ ਰਿਹਾ ਪੰਜਾਬ ਦੇ ਵਿੱਚ ਸਾਡਿਆਂ ਦਾ, ਉਹ ਨਾ ਹੋ ਸਕੇ, ਇਸ ਕਰਕੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਓ। ਇਹਦੇ 'ਚ ਤੁਸੀਂ ਕੋਈ ਔਫਰ ਵੀ ਕੀਤੀ? ਹਾਂਜੀ, ਉਹ ਅਸੀਂ ਇੱਦਾਂ ਇਹਨਾਂ ਨੂੰ ਕਿਹਾ ਆ, ਦੇਖੋ ਜੀ ਇਹ ਅਮੀਰ ਆਦਮੀ ਨੇ ਅਤੇ ਅਸੀਂ ਇਹਨਾਂ ਨੂੰ ਕਿਹਾ ਤੁਹਾਡਾ ਰਹਿਣ ਸਹਿਣ 5 ਸਟਾਰਾਂ 'ਚ ਹੁੰਦਾ ਆ, ਅਸੀਂ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਸਾਡੇ ਜਥੇਬੰਦੀ ਨੇ ਸਾਰਿਆਂ ਨੇ ਫੈਸਲਾ ਕੀਤਾ ਵੀ ਸਾਡੇ ਕਿਸਾਨਾਂ ਨੇ ਫੈਸਲਾ ਕੀਤਾ ਵੀ ਤੁਸੀਂ ਉਹਨਾਂ ਨੂੰ ਕਹੋ ਵੀ ਅਸੀਂ ਤੁਹਾਡੇ ਰਹਿਣ ਦਾ ਹੋਟਲ 'ਚ 5 ਸਟਾਰ ਦੇ ਵਿੱਚ ਖਰਚਾ, ਆਉਣ ਜਾਣ ਦੀ ਟਿਕਟ ਦੇ ਪੈਸੇ ਦੇਵਾਂਗੇ, ਤੁਸੀਂ ਆ ਜਾਓ, ਆ ਕੇ ਸਾਨੂੰ ਸਮਝਾ ਦਿਓ ਤੁਹਾਡਾ ਰਹਿਣ ਸਹਿਣ ਦਾ ਖਰਚਾ, ਸਾਡੇ ਜਿਹੜੇ ਮਜ਼ਦੂਰ ਕਿਸਾਨ ਜਿਹੜੇ ਹੱਡ ਭੰਨ ਵੀ ਮਿਹਨਤ ਕਰਦੇ, ਮਿੱਟੀ ਨਾਲ ਮਿੱਟੀ ਹੋ ਕੇ ਅੰਨ ਪੈਦਾ ਕਰਦੇ ਆ, ਜਿਹਨੂੰ ਇਹ ਅਮੀਰ ਲੋਕ ਸੋਨੇ ਦੇ ਥਾਲੀਆਂ 'ਚ ਰੱਖ ਕੇ ਖਾਂਦੇ ਆ, ਚਲੋ ਚੰਗੀ ਗੱਲ ਆ, ਪਰ ਅਸੀਂ ਇਹਨਾਂ ਨੂੰ ਇਹੀ ਗੱਲ ਕਹੀ ਵੀ ਤੁਸੀਂ ਆਓ, ਆ ਕੇ ਸਾਨੂੰ ਸਮਝਾ ਦਿਓ ਤਾਂ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਜਿਹੜਾ ਨੁਕਸਾਨ ਜਿਹੜਾ ਕੇਂਦਰ ਵੱਲੋਂ 3 ਖੇਤੀ ਕਾਲੇ ਕਾਨੂੰਨ ਲਿਆ ਕੇ ਕੀਤਾ ਜਾ ਰਿਹਾ ਨਾ, ਉਹਦੇ ਲਈ ਬਚਾਅ ਹੋ ਸਕੇ।